ਤੇ ਫਿਰ ਯਾਰ ਇਹ ਨੁਕਸ ਆ ਪਿਆ, ਪਹਿਲਾਂ ਮੈਨੂੰ ਆਇਆ ਸੀ ਵੀ ਜਦੋਂ ਸ਼ੁਰੂ ਸ਼ੁਰੂ 'ਚ ਤਾਂ ਬੰਦੇ ਦੇ ਮੰਨ ਲਾ ਬੰਦੇ ਦੇ ਮਣ ਦੋ ਮਣ ਦਾਣੇ ਹੀ ਹੁੰਦੇ ਸੀਗੇ ਮੈਨੂੰ ਲੱਗਦਾ ਪਹਿਲਾਂ ਤਾਂ, ਅੱਜ ਤੋਂ ਮੰਨ ਲਾ 30-40 ਸਾਲ ਪਹਿਲਾਂ 60 ਦੇ ਦਿਨ 10 ਮਣ ਦਾਣੇ ਹੁੰਦੇ ਸੀ, ਉਦੋਂ ਗੁਜ਼ਾਰਾ ਹੋ ਜਾਂਦਾ ਸੀ, ਪਰ ਹੁਣ ਕਿਉਂ ਨਹੀਂ ਹੁੰਦਾ, ਹੁਣ ਤਾਂ 90-90 ਮਣ ਹੁੰਦਾ, ਉਦੋਂ ਲੋਕ ਸੌਖੇ ਸੀ, ਉਦੋਂ ਖਰਚਾ ਹੀ ਨਹੀਂ ਸੀ, ਪੈਸਾ ਸਿਰ ਨਹੀਂ ਚੜਾਉਂਦੇ ਸੀ, ਆਹ ਵਿੱਚ ਮੈਂ ਮੋਹ ਸੀ, ਜੇ ਇੱਕ ਘਰ ਨੇ ਕੋਈ ਖਿਚੜੀ ਬਣਾ ਲਈ ਜਾਂ ਸਾਗ ਬਣਾ ਲਿਆ ਉਹਨੂੰ 10 ਘਰ ਖਾ ਲੈਂਦੇ ਸੀ, ਹੁਣ ਇੱਕ ਤਾਂ ਦੂਜਾ ਦੂਜੇ ਨੂੰ ਜਰਦਾ ਨਹੀਂ ਜਾ ਕੇ ਰਾਜੀ ਨੇ, ਇੱਕ ਐਸ ਪਰਾਠੀ ਬਾਹਲੀ ਹੋ ਗਈ, ਭਰਾ ਦੇ ਭਰਾ ਲੀੜੇ ਨਹੀਂ ਪਾਉਂਦਾ, ਅਸੀਂ ਲੈ ਮੰਗ ਕੇ ਜਲਾ ਜਾਂਦੇ ਰਹੇ, ਵਿਆਹ ਵਹਿੰਦੇ ਰਹੇ, ਇੱਕ ਬੰਦੇ ਦੇ ਜੋੜੇ 10-10 ਬੰਦੇ ਮੰਗ ਕੇ ਲੈ ਜਾਂਦੇ, ਚਾਦਰੇ ਕੁੜਤੇ ਮੰਗਦੇ ਰਹੇ, ਉਦੋਂ 10 ਮਣ ਸਾਡੀ ਸੁਰਤ 'ਚ ਕਣਕ ਹੁੰਦੀ ਰਹੀ ਹੈ, 10 ਤੋਂ ਹੀ ਚੱਲੀ ਹੈ। ਅੱਛਾ, ਉਦੋਂ ਸਾਰੇ ਲੋਕ ਸੌਖੇ ਸੀ, ਪੈਸਾ ਕਿਸੇ ਦੇ ਸਿਰ ਨਹੀਂ ਸੀ, 500-700 ਹੁੰਦਾ ਆੜਤੀਆਂ ਦਾ, ਉਹ ਅਗਲਾ ਆਖਦਾ ਵੀ ਜੇ ਨਹੀਂ ਲੈਂਦਾ ਭਾਈ ਮੈਂ ਗਾਮ ਵੇਚ ਕੇ ਦੇ ਦਿਓ ਇਹਨਾਂ ਨੂੰ, ਜਾਨ ਛਡਾ ਲਓ, ਅਤੇ ਹੁਣ ਤਾਂ 1,00,000 ਰੁਪਇਆ ਸੀਰੀ ਚੱਕੀ ਫਿਰਦਾ। ਹੁਣ ਤਾਂ ਕਿੱਲੇ ਦੇ ਮੁੱਲ ਦੇ, ਮੈਂ ਤੂੰ ਵਿਆਹ ਵਾਲੀ ਗੱਲ ਕਰਨਾਗਾ ਵੀ ਕਿੱਲੇ ਦੇ ਮੁੱਲ ਦੇ ਰੁਪਈਏ ਵਿਆਹ ਤੇ ਹੀ ਲਾ ਦਿੰਦੇ, ਹੁਣ 25-25 ਲੱਖ ਰੁਪਇਆ ਪੈਲਸਾਂ 'ਚ। ਪਰ ਵਿਆਹ ਯਾਰ, ਵਿਆਹ 2-4 ਘੰਟਿਆਂ 'ਚ ਹੀ ਬਸ, ਨਹੀਂ ਜਿਵੇਂ ਮੰਨ ਲਾ ਵਿਆਹ ਕਿਸੇ ਨੇ 20-25 ਲੱਖ ਲਾ ਕੇ ਕਰਤਾ, ਅਤੇ ਫਿਰ ਵਿਆਹ ਵਾਲਾ ਫਿਰ ਕਿੰਨਾ ਕੁ ਚਿਰ ਬੰਦਾ ਲੋਕ ਯਾਦ ਰੱਖਦੇ ਵੀ ਉਹਨਾਂ ਨੇ 25 ਲੱਖ ਲਾ ਕੇ ਵਿਆਹ ਕੀਤਾ ਸੀ? ਕੋਈ ਯਾਦ ਨਹੀਂ ਰੱਖਦਾ, ਭਾਵੇਂ ਸੋਨੇ ਦੇ ਸਾਲ ਪੂਰਨ ਕਰਦੇ, ਕੋਈ ਨਾ ਇਹਦਾ ਕੋਈ ਸਿਰ ਹੈ, ਨਾ ਇਹਦਾ ਕੋਈ ਸਿਰਾ, ਨਾ ਜਿੰਨਾ ਮਰਜ਼ੀ ਨੁਕਸ ਕੱਢੀ ਦਿੰਦੇ ਆ, ਤੇਰਾ ਕੋਈ ਸਿਰਾ ਨਹੀਂ ਯਾਰ, ਕੋਈ ਸਿਰਾ ਨਹੀਂ ਜੀ, ਕਿੰਨੇ ਰੁਪਏ ਕਰੋੜ ਰੁਪਇਆ ਲਾ ਦੇ ਉਹਦੇ 'ਚ ਵੀ ਨੁਕਸ ਕੱਢ ਦੇਣਗੇ, ਕਾਹਦਾ ਕਾਹਦਾ ਸਿਰਾ ਨਹੀਂ, ਤੁਸੀਂ ਕਹਿੰਦਾ ਘਰ 'ਤੇ ਜਿਹੜਾ ਵਿਆਹ ਕਰਦੇ ਲੋਕ ਇਹਦਾ ਕੋਈ ਸਿਰਾ ਨਹੀਂ, ਨਿੰਦਣਗੇ ਲੋਕ ਇਹਨੂੰ, ਚਾਹੇ ਜਿੰਨਾ ਮਰਜ਼ੀ ਘਰ 'ਤੇ ਪਹਿਲਾਂ 20 ਕਰੋੜ ਲਾ ਦੇ ਕੋਠੀ 'ਤੇ, ਉਹਨੂੰ ਵੀ ਆਖਣਗੇ ਜੇ ਬਣੀ ਨਹੀਂ ਗੱਲ, ਵਿਆਹ 'ਤੇ ਵੀ ਲਾ ਦੀ ਆਖਣਗੇ ਫਲਾਨਾ ਨਾ ਫਲਾਨੀ ਸ਼ਰਾਬ ਥੋੜ੍ਹੀ ਜਿਹੀ ਨਰਮ ਸੀ, ਕਿ ਨਹੀਂ ਕਹੀ ਦੇਣਾ, ਕਹੀ ਦੇਣਾ, ਮੂੰਹ ਹਲਾ ਹੀ ਦੇਣਾ ਜਵਾਨ ਨੇ, ਅਤੇ ਦੂਜਾ ਜਿਹੜਾ ਫਿਰ ਫਾਹ ਨਾ ਲਵੇ ਲੋਕ ਚੱਕ ਚੱਕ ਕੇ, ਜਿਹੜਾ ਬੰਦਾ ਯਾਰ ਮੈਨੂੰ ਐਂ ਦੱਸ ਬਾਬਾ, ਫਿਰ ਜਦੋਂ ਮੰਨ ਲਾ ਕਿਹੜੇ ਟਾਈਮ ਦੇ ਵਿੱਚ ਥੋੜ੍ਹਾ ਜਿਹਾ ਬੰਦੇ ਪਾਡੇ ਹੋਏ ਆਪਣੇ, ਮੰਨ ਲਾ ਪਹਿਲਾਂ ਮੰਨ ਲਾ ਤੁਸੀਂ ਕਿਸੇ ਦੱਸਿਆ ਹੀ ਆ ਵੀ ਹੈ ਨਾ ਇੱਕ ਦੂਜੇ ਦੀਆਂ ਮੰਨ ਲਾ ਚਾਦਰੇ ਮੰਗ ਕੇ ਲੈ ਜਾਣੇ, ਦੂਜਾ ਲੈਣਾ, ਅਤੇ ਕਦੋਂ ਕਦੇ ਚੱਲੇ ਫਿਰ ਪਾਡਾ ਹੋਣਾ ਕਦੋਂ ਸ਼ੁਰੂ ਹੋਇਆ? ਮੇਰੀ ਨਿਗਾਹ ਦੇ ਵਿੱਚ ਭਾਈ 40-45 ਸਾਲ ਹੋ ਗਏ ਹੁਣ ਇਸ ਗੱਲ ਨੂੰ।